ਬੱਚਿਆਂ ਨੂੰ ਸੱਟ ਵੀ ਲੱਗ ਜਾਏ ਤਾਂ ਮਾਪੇ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ, ਪਰ ਜਿਸ ਪਰਿਵਾਰ ਦਾ ਬੱਚਾ ਹੀ ਕਿਡਨੈਪ ਹੋ ਜਾਏ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਬੇਹੱਦ ਮੁਸ਼ਕਲ ਹੈ। ਹੋਇਆ ਕੁਝ ਅਜਿਹਾ ਹੀ, ਇੱਕ ਪਰਿਵਾਰ ਦਾ ਬੱਚਾ ਜੋ ਸਕੂਲ ਤੋਂ ਦੁਪਹਿਰ ਵੇਲੇ ਘਰ ਆ ਰਿਹਾ ਸੀ, ਇੱਕ ਸਵਿਫਟ ਕਾਰ ਦੇ ਵਿੱਚ ਕੁਝ ਨੌਜਵਾਨ ਆਉਂਦੇ ਨੇ ਅਤੇ ਉਸ ਬੱਚੇ ਨੂੰ ਕਿਡਨੈਪ ਕਰਕੇ ਅਗਵਾ ਕਰਕੇ ਲੈ ਜਾਂਦੇ ਨੇ। ਜਿਵੇਂ ਹੀ ਪਰਿਵਾਰ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ, ਕਿਉਂਕਿ ਜਿਸ ਬੱਚੇ ਨੂੰ ਕਿਡਨੈਪ ਕੀਤਾ ਗਿਆ ਉਸਦੀ ਭੈਣ ਵੀ ਉਸਦੇ ਨਾਲ ਸਕੂਲ ਤੋਂ ਆ ਰਹੀ ਸੀ ਅਤੇ ਉਸਦੇ ਸਾਹਮਣੇ ਹੀ ਉਸਦੇ ਭਰਾ ਨੂੰ ਕਿਡਨੈਪ ਕੀਤਾ ਗਿਆ। ਬੱਚੀ ਨੇ ਰੋਲਾ ਪਾਇਆ, ਪਰਿਵਾਰਕ ਮੈਂਬਰ ਬਾਹਰ ਆਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਜਿਵੇਂ ਹੀ ਪੁਲਿਸ ਨੂੰ ਮੌਕੇ 'ਤੇ ਇਸ ਦੀ ਘਟਨਾ ਦਾ ਪਤਾ ਲੱਗਦਾ ਹੈ ਤਾਂ ਸਾਰੇ ਪਾਸਿਓਂ ਪੁਲਿਸ ਨੇ ਵਾਇਰਲਸ ਕਰ ਦਿੱਤੀ ਅਤੇ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਦੁਪਹਿਰ ਦੇ ਤਕਰੀਬਨ 2:30 ਵਜੇ ਇਹ ਘਟਨਾ ਵਾਪਰਦੀ ਹੈ ਅਤੇ ਪੁਲਿਸ ਨੇ ਮੁਸ਼ਤੈਦੀ ਨਾਲ ਕੰਮ ਕਰਦਿਆਂ ਹੋਇਆਂ ਹਰ ਪਾਸੇ ਨਾਕੇਬੰਦੀ ਕਰ ਦਿੱਤੀ ਅਤੇ ਉਸ ਤੋਂ ਬਾਅਦ ਤਕਰੀਬਨ ਦੇਰ ਰਾਤ 12:15 ਵਜੇ ਦੇ ਕਰੀਬ ਪੁਲਿਸ ਨੂੰ ਉਹ ਬੱਚਾ ਬਰਾਮਦ ਹੋ ਜਾਂਦਾ ਹੈ। ਪੁਲਿਸ ਨੇ ਕਿਡਨੈਪਰਾਂ ਤੋਂ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਪਰਿਵਾਰ ਨੂੰ ਸੌਂਪ ਦਿੱਤਾ। ਇਹ ਸਾਰੀ ਘਟਨਾ ਪਠਾਨਕੋਟ ਦੇ ਵਿੱਚ ਵਾਪਰੀ ਹੈ। ਬਕਾਇਦਾ ਕਿਡਨੈਪਰਾਂ ਵੱਲੋਂ ਪਰਿਵਾਰ ਦੇ ਕੋਲ ਇੱਕ ਪਰਚੀ ਸਿੱਟੀ ਗਈ ਸੀ ਤਾਂ ਜੋ ਉਸ ਦੇ ਵਿੱਚ ਜੋ ਮੰਗ ਰੱਖੀ ਗਈ ਸੀ ਉਹ ਪਰਿਵਾਰ ਨੂੰ ਪਹੁੰਚ ਜਾਏ। ਪਰਿਵਾਰ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ ਹੁਣ ਉਹਨਾਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ, ਬੱਚੇ ਨੂੰ ਵੀ ਬਰਾਮਦ ਕਰ ਲਿਆ ਅਤੇ ਮਾਪਿਆਂ ਨੂੰ ਵੀ ਸੌਂਪ ਦਿੱਤਾ ਗਿਆ। ਇਸ ਸਭ ਦੇ ਵਿੱਚ DIG ਬਾਰਡਰ ਰੇਂਜ ਦੇ ਸਤਿੰਦਰ ਸਿੰਘ ਵੀ ਮੌਕੇ 'ਤੇ ਮੌਜੂਦ ਰਹੇ। ਖੁਦ ਉਹ ਬੱਚੇ ਨੂੰ ਲੈ ਕੇ ਪਰਿਵਾਰ ਕੋਲ ਪਹੁੰਚੇ ਨੇ ਅਤੇ ਪਰਿਵਾਰ ਨੂੰ ਸੌਂਪਿਆ ਅਤੇ ਮਾਂ ਦੇ ਅੱਖਾਂ ਦੇ ਵਿੱਚ ਜੋ ਹੰਝੂ ਨੇ, ਖੁਸ਼ੀ ਦੇ ਹੰਝੂ ਨੇ, ਤਸੱਲੀ ਦੇ ਹੰਝੂ ਨੇ, ਉਹ ਦੇਖ ਕੇ ਸਾਫ਼ ਇਹ ਜ਼ਾਹਰ ਹੁੰਦਾ ਹੈ ਕਿ ਇਸ ਬੱਚੇ ਨੂੰ ਮਿਲਣ ਦੇ ਲਈ ਮਾਂ ਕਿੰਨੀ ਤਰਸ ਰਹੀ ਸੀ ਅਤੇ ਮਾਪਿਆਂ ਨੂੰ ਜਦੋਂ ਬੱਚਾ ਮਿਲਦਾ ਉਹਨਾਂ ਦਾ ਬਿਆਨ ਵੀ ਸੁਣਾਂਗੇ, ਪਰ ਪਹਿਲਾਂ DIG ਸਤਿੰਦਰ ਸਿੰਘ ਦਾ ਬਿਆਨ ਸੁਣਦੇ ਹਾਂ। ਦੇਖੋ, ਇਹ ਅੱਜ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਸੀਗਾ। ਤਕਰੀਬਨ 3:45 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ, ਅੱਜ ਮੈਂ ਵੀ ਪਠਾਨਕੋਟ 'ਚ ਹੀ ਸੀਗਾ, ਮੈਂ ਔਰ SSP ਸਾਹਿਬ ਇਕੱਠੀ ਕਿਸੇ ਜ਼ਰੂਰੀ ਮੀਟਿੰਗ 'ਤੇ ਸੀਗੇ। ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ, ਸਾਡੇ SHO ਸਾਹਿਬਾਨ ਆ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ, ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ। ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ। ਸਭ ਤੋਂ ਪਹਿਲਾਂ ਇੱਦਾਂ ਦੇ ਇੰਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ, ਇਹਦੇ ਨਾਲ ਨਾਲ ਸਾਡੇ ਮਾਨਯੋਗ DGP ਸਾਹਿਬ ਜੋ ਚੰਡੀਗੜ੍ਹ ਤੋਂ, ਉਹਨਾਂ ਨਾਲ ਵੀ ਉਸ ਵੇਲੇ ਰਾਬਤਾ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ। ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ ਸਪੋਰਟ ਕੀਤਾ, ਸਾਡੀ ਪੂਰੀ ਹੈਲਪ ਕੀਤੀ। ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ, ਇਹਨਾਂ ਦੋਨਾਂ ਨੇ ਇਹਦੇ 'ਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿਹੜੇ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ। ਅਮਿਤ ਰਾਣਾ ਇੱਕ ਐਕਸ BSF ਕੌਂਸਟੇਬਲ ਆ, ਉੱਥੋਂ ਡਿਸਮਿਸ ਹੋਇਆ ਹੋਇਆ, ਉਹਦੇ ਖਿਲਾਫ਼ ਹੋਰ ਵੀ FIR ਕੇਸਿਸ ਰਜਿਸਟਰਡ ਹੈਗੀਆਂ ਹੈ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਤੀਸ਼ ਕਰਕੇ। ਕਦੋਂ ਤੋਂ ਸਰ ਰੈਕੀ ਕੀਤੀ ਜਾ ਰਹੀ ਹੈ? ਮੈਂ
ਦੇਖੋ, ਇਹ ਜੋ ਸਾਡੀ ਇਨਵੈਸਟੀਗੇਸ਼ਨ 'ਚ ਆਇਆ, ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ, ਔਰ ਇਹਦੇ ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲਵ ਹੈਗੇ ਆ, ਅਸੀਂ ਮੈਂ ਹਾਲੇ ਹੋਰ ਜ਼ਿਆਦਾ ਨਹੀਂ ਮੈਂ ਤੁਹਾਨੂੰ ਦੱਸ ਸਕੂੰਗਾ, ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਨੂਰਪੁਰ ਤੋਂ ਜੀ। ਕਾਰ 'ਤੇ ਆਇਆ ਜੀ, ਕਾਰ 'ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਹਦੇ 'ਚ ਬੱਚੇ ਨੂੰ ਕਿਡਨੈਪ ਕੀਤਾ, ਕਾਰ ਵੀ ਰਿਕਵਰ ਹੋ ਚੁੱਕੀ ਹੈ। ਡਿਮਾਂਡ ਸਰ ਕੋਈ ਕੀਤੀ ਗਈ, ਕੋਈ ਨੋਟ ਮਿਲਿਆ? ਹਾਂ, ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ, ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀਗਾ। ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖੀ ਗਈ? ਨਹੀਂ ਜੀ, ਨਹੀਂ ਨਹੀਂ ਨਹੀਂ, ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ, ਇਹਨੂੰ ਹੀ ਲੈ ਕੇ। ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂੰਗਾ, ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਤਾ, ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ, ਬੱਚੇ ਦਾ ਕਿੱਦਾਂ ਹੋਇਆ, ਅਸੀਂ ਫਰਦਰ ਸਾਰੀ ਸਾਡੀ ਅਮਿਤ ਰਾਣੇ ਦਾ ਹੈ ਜੀ, ਮੈਂ ਦੱਸਿਆ ਉਹ ਡਿਸਮਿਸ ਕਾਂਸਟੇਬਲ ਆ, ਉੱਥੋਂ ਵੀ ਇਹਨੂੰ ਡਿਸਮਿਸ ਕਰ ਸਕਦਾ। ਜਾਣਦੇ ਸੀਗੇ? ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ, ਕਿਉਂਕਿ ਹੁਣੇ ਅਸੀਂ ਪਹਿਲੋਂ ਬੱਚੇ ਨੂੰ ਲੈ ਕੇ ਆਏ ਆ, ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ। ਸ਼ੁਕਰੀਆ ਜੀ। ਤਾਂ ਖੈਰ, ਪੁਲਿਸ ਨੇ ਇਹ ਤਾਂ ਦੱਸਣ ਤੋਂ ਇਨਕਾਰ ਕੀਤਾ ਹੈ ਫਿਲਹਾਲ ਕਿ ਕਿਡਨੈਪਰ ਕੌਣ ਸੀ, ਪਰ ਪੁਲਿਸ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਿਡਨੈਪਿੰਗ ਦੀ ਵਜ੍ਹਾ ਕੀ ਸੀ ਤੇ ਕਿਡਨੈਪਰ ਹੈ ਕੌਣ, ਉਹ ਪੁਲਿਸ ਨੇ ਫਿਲਹਾਲ ਡਿਸਕਲੋਜ਼ ਨਹੀਂ ਕੀਤਾ, ਪਰ ਇਹ ਤਾਂ ਪਤਾ ਹੈ ਕਿ ਆਖਰ ਸਾਰੀ ਘਟਨਾ ਵਾਪਰੀ ਕਿਵੇਂ ਹੈ। ਇਸ ਸਾਰੀ ਵਾਰਦਾਤ ਦੇ ਵਿੱਚ ਇੱਕ ਸਾਬਕਾ ਫੌਜੀ ਵੀ ਦੱਸਿਆ ਜਾ ਰਿਹਾ ਹੈ, ਜੋ ਡਿਊਟੀ ਤੋਂ ਬਰਖਾਸਤ ਹੈ, ਉਹ ਵੀ ਸ਼ਾਮਲ ਹੈ ਅਤੇ ਉਸ ਨੂੰ ਲੈ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਜਦੋਂ ਬੱਚਾ ਬਰਾਮਦ ਹੁੰਦਾ ਹੈ ਤਾਂ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ, ਉਹ ਵੀ ਸੁਣਦੇ ਹਾਂ। ਘਰ ਸੇ ਮੁਝੇ ਕਾਲ ਆਈ ਥੀ ਘਰ ਸੇ ਕਿ ਇੱਕਦਮ ਸੇ ਬੱਚੇ ਕੋ ਕੋਈ ਉਠਾ ਕੇ ਲੈ ਗਿਆ, ਔਰ ਡੈਫੀਨੇਟਲੀ ਬੀਇੰਗ ਅ ਫਾਦਰ ਮੇਰਾ ਪੈਨਿਕ ਹੋਣਾ ਬਣਤਾ ਥਾ, ਮੈਂ ਇੱਕਦਮ ਸੇ ਘਬਰਾਇਆ, ਮੈਂ ਭਾਗਾ ਗਾੜੀ ਲੈ ਕੇ। ਜਬ ਮੈਂ ਘਰ ਕੇ ਪਾਸ ਪਹੁੰਚਾ ਤੋ ਬਹੁਤ ਜ਼ਿਆਦਾ ਰਸ਼ ਪੜ ਗਿਆ ਹੁਆ ਥਾ, ਐਵਰੀਬਡੀ ਵਾਜ਼ ਪੈਨਿਕ, ਔਰ ਉਹਨੇ ਰੈਨਸਮ ਕੇ ਲਈ ਡਿਮਾਂਡ ਕੀ ਥੀ, ਇੱਕ ਲੈਟਰ ਫੈਂਕ ਕੇ ਗਏ ਥੇ 2 ਕਰੋੜ ਰੁਪਇਆ, ਔਰ ਆਪਣੇ ਬੱਚਾ ਅਗਰ ਬੱਚਾ ਚਾਹੀਏ ਤੋ ਪੈਸੇ ਦੇ ਦਿਓ, ਅਗਰ ਪੈਸੇ ਰੱਖਣੇ ਤੋਂ ਬੱਚਾ ਨਹੀਂ ਮਿਲੇਗਾ। ਤੋ ਮੈਨੇ ਪੈਨਿਕ ਉਸ ਸਿਚੁਏਸ਼ਨ ਮੈਂ, ਕਿਉਂਕਿ ਬਹੁਤ ਵਾਰੀ ਹੋਤਾ ਹਮ ਲੋਕ ਪੈਨਿਕ ਕਰ ਜਾਤੇ, ਹਮ ਪੁਲਿਸ ਕੇ ਸਾਥ ਮੇਂ ਸ਼ੇਅਰ ਨਹੀਂ ਕਰਤੇ, ਲੇਕਿਨ ਮੈਂ ਉਸੀ ਸਮੇਂ ਥਾਨਾ ਡਿਵੀਜ਼ਨ 2 ਮੇਂ ਗਿਆ, ਵਹਾਂ ਪੇ SHO ਸ਼ੋਹਰਤ ਮਾਨ ਥੇ, ਵਨ ਆਫ ਦਾ ਬ੍ਰੇਵੈਸਟ ਪੁਲਿਸ ਆਫਿਸਰ, ਔਰ ਮੇਰੇ ਸਾਥ ਬੜਾ ਅੱਛਾ ਪਿਆਰਾ ਛੋਟੇ ਭਾਈ ਜੈਸੇ, ਉਹਨੇ ਉਸੀ ਸਮੇਂ ਆਪਣੀ ਇੱਕਦਮ ਸੇ ਐਕਟੀਵਿਟੀ ਦਿਖਾਈ, ਔਰ DSP ਮਨਹਾਸ ਸਾਹਿਬ ਆ ਗਏ, ਉਹਨੇ ਦੇਖਾ, ਉਹ ਮੁਝੇ SSP ਸਾਹਿਬ ਔਰ DIG ਸਾਹਿਬ ਕੇ ਪਾਸ ਲੈ ਕੇ ਗਏ, ਇਹਨਾਂ ਨੇ ਮੁਝੇ ਪੂਰਾ ਬਤਾਇਆ ਕਿ ਪੈਨਿਕ ਨਹੀਂ ਕਰਨਾ, ਕੌਨਫੀਡੈਂਸ ਰੱਖਣਾ ਹੈ, ਹਮ ਆਪਕੇ ਬੱਚੇ ਕੋ ਵਾਪਸ ਲੈ ਕੇ ਆਏਂਗੇ, ਹਮਾਰੀ ਜੋ ਸਟ੍ਰੈਟੇਜੀਜ਼ ਹੈ ਉਸਕੋ ਫੋਲੋ ਕਰਨਾ ਹੈ, ਬਿਲਕੁਲ ਕੂਲ ਰੱਖਣਾ ਹੈ, ਕਾਮ ਰੱਖਣਾ ਹੈ, ਬਹੁਤ ਟਫ ਹੋਤਾ ਬੀਂਗ ਅ ਪੇਰੈਂਟ, ਕੂਲ ਕਾਮ ਰਹਿਣਾ, ਲੇਕਿਨ ਮੈਂ ਯਹਾਂ ਪੇ ਇੱਕ ਚੀਜ਼ ਬੋਲਣਾ ਚਾਹੂੰਗਾ, ਹਮ ਮੇ ਸੇ ਕਿਸੀ ਨੇ ਵੀ ਨਹੀਂ, ਹਮ ਸਾਰੇ ਮੈਕਸਿਮਮ ਪੈਟ, ਮਤਲਬ ਹਮ ਲੋਕ ਜੋ ਹਮ ਪੇਰੈਂਟਸ ਹੈ ਨਾ, ਤੋ ਹਮ ਲੋਗੋ ਨੇ, ਅਗਰ ਇੱਕ ਜੈਨੂਇਨ ਸੀ ਬਾਤ ਬੋਲੂੰ, ਹਮਨੇ ਭਗਵਾਨ ਕੋ ਰੀਅਲੀ ਫੇਸ ਟੂ ਫੇਸ ਤੋ ਨਹੀਂ ਦੇਖਾ ਹੋਤਾ, ਲੇਕਿਨ ਭਗਵਾਨ ਕੇ ਭੇਜੇ ਹੋਏ ਜੋ ਜ਼ਰੀਆ ਹੋਤੇ ਹੈ, ਜੋ DIG ਸਾਹਿਬ ਕੀ ਤਰ੍ਹਾਂ, SSP ਸਾਹਿਬ ਕੀ ਤਰ੍ਹਾਂ, ਜਿਤਨੀ ਵੀ ਪੂਰੀ ਪੁਲਿਸ ਟੀਮ ਹੈ, ਅਲੱਗ ਅਲੱਗ ਸਭ ਕੇ ਤੋ ਮੈਂ ਨਾਮ ਵੀ ਨਹੀਂ ਲੈ ਸਕਤਾ, ਉਸਕੇ ਇਲਾਵਾ ਮੇਰੇ ਸ਼ਹਿਰ ਕੇ ਲੋਕ ਸਭ ਨੇ ਇਤਨਾ ਕੋਆਪਰੇਟ ਕੀਆ, ਪਤਾ ਨਹੀਂ ਕਹਾਂ ਕਹਾਂ ਸੇ ਮੁਝੇ ਕਾਲ ਆ ਰਹੇ ਥੇ, ਕਿਤਨੇ ਹਜ਼ਾਰੋਂ ਫੋਨ ਆ ਗਏ, ਔਰ ਸਭ ਕੀ ਬਲੈਸਿੰਗਸ ਥੀ, ਸਾਰੇ ਕਹਿ ਰਹੇ ਥੇ, ਬਾਦਲ ਭਾਈ ਆਪਨੇ ਕਭੀ ਕਿਸੀ ਕੇ ਸਾਥ ਗਲਤ ਨਹੀਂ ਕੀਆ, ਆਪਕੇ ਸਾਥ ਭਗਵਾਨ ਗਲਤ ਨਹੀਂ ਹੋਣੇ ਦੇਂਗੇ, ਆਪਕਾ ਬੱਚਾ ਆਪਕੇ ਪਾਸ ਵਾਪਿਸ ਆ ਜਾਏਗਾ, ਔਰ ਮੇਰੇ ਪਾਸ ਮੇ ਅਲਫਾਜ਼ ਹੀ ਨਹੀਂ ਹੈ ਪੁਲਿਸ ਟੀਮ ਕੇ, ਉਹ ਤੋਂ ਬਾਤੋਂ ਮੇ ਹੋਤੀ ਹੈ ਕਿ ਯਾਰ ਪੁਲਿਸ ਐਸਾ ਕਰਤੀ ਹੈ, ਵੈਸਾ ਕਰਤੀ ਹੈ, ਭਾਜੀ ਪੁਲਿਸ ਸੁਪਰ ਕੋਪ ਹੈ ਹਮਾਰੇ ਪੰਜਾਬ ਕੀ, ਵੀ ਸ਼ੁਡ ਬੀ ਪ੍ਰਾਊਡ ਆਫ ਦੈਮ,
और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो, उन पे फेथ करो। थैंक यू सो मच, लव यू। जो कल्प्रिट है उनके साथ कोई पहचान वगैरह? मुझे मुझे पता नहीं, अभी सर कुछ बात करेंगे डिस्कस करेंगे तो मैं कह सकता हूँ, अभी मेरे पास में कोई इन्फॉर्मेशन नहीं। जैसे बस अभी अभी सर लेके आए बच्चे को, और सबसे इम्पोर्टेंट चीज, मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से, कि बादल भाई आप टेंशन मत लो, हम आपके बच्चे को लेके आएंगे और वो बिल्कुल ठीक है। थैंक यू सो मच, थैंक यू। खैर, पठानकोट तो एक खबर सी, पुलिस ने जिस तरीके नाल बहादुरी दिखाई है, मापिया नु बच्चा मिलया है, उस तो बाद परिवार ने एक संतुष्टि जाहिर की है, संतुष्टि होवे भी क्यों ना, उन्होंने बच्चा जो उन्होंने वापस मिल गया है। पठानकोट तो साढ़े सहयोगी गुरप्रीत सिंह ने रिपोर्ट साढ़े तक पहुँचाई है, तो पुलिस का भी धन्यवाद करते हैं कि जिस तरीके उन्होंने मुश्तैदी यह काम किया है, परिवार को उन्होंने बच्चा मिल गया है। अजिहे ही और कई मामले ने किडनैपिंग के पंजाब आ रहे हैं, जिन्हों के उत्ते पुलिस मुश्तैदी काम कर रही है, तो हर उस माँ प्यो उन्होंने बच्चा मिल जाए जो फिलहाल लापता है।